ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਜਦੋਂ ਜਨਮ ਕੁੰਡਲੀ ਦੇ 5ਵੇਂ ਘਰ ਦੇ ਵਿੱਚ ਸੂਰਜ ਹੁੰਦਾ ਹੈ ਲਾਲ ਕਿਤਾਬ ਉਦੋਂ ਕੀ ਕਹਿੰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਦੱਸੀਏ ਕਿ ਜਨਮ ਕੁੰਡਲੀ ਦਾ 5ਵਾਂ ਘਰ ਕਾਹਦਾ ਹੁੰਦਾ ਹੈ ਜਨਮ ਕੁੰਡਲੀ ਦਾ 5ਵਾਂ ਘਰ ਜਿਹੜਾ ਹੈਗਾ ਇਹ ਹੁੰਦਾ ਸੰਤਾਨ ਦਾ ਨੌਕਰੀ ਦਾ ਸ਼ਿਕਸ਼ਾ ਦਾ ਪ੍ਰੇਮ ਦਾ ਅਤੇ ਨਾਲ ਨਾਲ ਪੇਟ ਦਾ ਸੋ ਸੂਰਜ 5ਵੇਂ ਘਰ ਦੇ ਵਿੱਚ ਲਾਲ ਕਿਤਾਬ ਦੇ ਮੁਤਾਬਿਕ ਕੁੰਡਲੀ ਦਾ ਇੱਕ ਪੱਕਾ ਘਰ ਹੈਗਾ ਸੋ ਇਹ ਘਰ ਜਿਹੜਾ ਹੈਗਾ ਸੂਰਜ ਦਾ ਪੱਕਾ ਘਰ ਹੈ ਪਰੋਪਕਾਰੀ ਰਾਜਾ ਲੰਬੀ ਉਮਰ ਵਾਲਾ ਸਾਰਿਆਂ ਨੂੰ ਮਿਲਾ ਕੇ ਇੱਕ ਜਗ੍ਹਾ ਰਹਿਣ ਵਾਲਾ ਸ਼ੂਰਵੀਰ ਪੁੱਤਰਾਂ ਵਾਲਾ ਬੁਢਾਪਾ ਜਿਹਦਾ ਅੱਛਾ ਬੀਤੇ ਐਸਾ ਬੰਦਾ ਹੁੰਦਾ ਜਿਹਦੀ ਕੁੰਡਲੀ ਦੇ ਵਿੱਚ ਸੂਰਜ ਜਿਹੜਾ ਹੈ 5ਵੇਂ ਘਰ ਦੇ ਵਿੱਚ ਹੋਵੇ ਜੇ ਫਿਰ ਕੁੰਡਲੀ ਦੇ ਵਿੱਚ 10ਵੇਂ ਘਰ ਦੇ ਵਿੱਚ ਬ੍ਰਹਸਪਤੀ ਹੋਵੇ ਤਾਂ ਇਸਤਰੀ ਦੀ ਮ੍ਰਿਤਿਊ ਵੀ ਹੁੰਦੀ ਹੈ ਜੇ ਜਿਹੜਾ ਹੈਗਾ ਸ਼ਨੀ ਤੀਜੇ ਘਰ ਦੇ ਵਿੱਚ ਹੋਵੇ ਤਾਂ ਇਨਸਾਨ ਮੁਖੀਆ ਵੀ ਹੋ ਜਾਂਦਾ ਹੈ ਦੁਖੀਆ ਵੀ ਹੁੰਦਾ ਹੈ ਸੋ ਇਸ ਘਰ ਦੇ ਵਿੱਚ 5ਵੇਂ ਘਰ ਦੇ ਵਿੱਚ ਸੂਰਜ ਦੇ ਸਮੇਂ ਸੂਰਜ ਬ੍ਰਹਸਪਤੀ ਜੇ ਹੁੰਦਾ ਨਾਲ ਤਾਂ ਪ੍ਰਭਾਵ ਉਹਦੇ ਬਹੁਤ ਅੱਛੇ ਹੋ ਜਾਂਦੇ ਆ ਜੇ ਰਾਜਾ ਸਹਾਇਕ ਨਾ ਹੋਵੇ ਯਾਨੀ ਕਿ ਰਾਜ ਦਰਬਾਰ ਜਿਹੜਾ ਹੈਗਾ ਉਹ ਇਨਸਾਨ ਦੇ ਫੇਵਰ 'ਚ ਨਾ ਹੋਵੇ ਤਾਂ ਸਾਧੂ ਵੀ ਉਹਦਾ ਪੇੜਾ ਪਾਰ ਲਗਾ ਸਕਦਾ ਹੈ ਹੁਣ ਸੂਰਜ ਚੰਦਰ ਸੂਰਜ ਪਹਿਲੇ ਫਿਰ ਚੰਦਰ ਜਿਹੜਾ ਹੈ 5ਵੇਂ ਬ੍ਰਹਸਪਤੀ ਚੌਥੇ ਇਹ ਇੱਦਾਂ ਦੀ ਸਥਿਤੀਆਂ ਜਦੋਂ ਬਣਦੀਆਂ ਤਾਂ ਇਹ ਇਨਸਾਨ ਨੂੰ ਰਾਜਯੋਗ ਬਣਾਉਂਦੀਆਂ ਕਿੱਦਾਂ ਸੂਰਜ 5ਵੇਂ ਹੋਵੇ ਚੰਦਰਮਾ ਚੌਥੇ ਹੋਵੇ ਬ੍ਰਹਸਪਤੀ ਪਹਿਲੇ ਹੋਵੇ ਫਿਰ ਇੱਦਾਂ ਹੀ ਜਦੋਂ ਸੂਰਜ 5ਵੇਂ ਹੋਵੇ ਬ੍ਰਹਸਪਤੀ 10ਵੇਂ 'ਚ ਹੋਵੇ ਤਾਂ ਇੱਕ ਤੋਂ ਜ਼ਿਆਦਾ ਸ਼ਾਦੀਆਂ ਹੁੰਦੀਆਂ ਸੂਰਜ 5ਵੇਂ ਹੋਵੇ ਸ਼ਨੀ 3ਜੇ 'ਚ ਹੋਵੇ ਤਾਂ ਇਨਸਾਨ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਸੰਤਾਨ ਵੀ ਨਸ਼ਟ ਹੋ ਜਾਂਦੀ ਅਤੇ ਬਹੁਤ ਜ਼ਿਆਦਾ ਉਹਦੇ 'ਤੇ ਸੰਕਟ ਵੀ ਆ ਜਾਂਦਾ ਹੈ ਲਾਲ ਮੂੰਹ ਦੇ ਵਾਨਰ ਜਿਹੜੇ ਆ ਜੇ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ ਤਾਂ ਤੁਹਾਨੂੰ ਸ਼ੁੱਭ ਫਲ ਮਿਲੇਗਾ ਹੁਣ ਗੱਲ ਕਰਦੇ ਹਾਂ ਅਸੀਂ ਜਨਮ ਕੁੰਡਲੀ ਦੇ ਵਿੱਚ ਮੈਰਿਡ ਲਾਈਫ ਜਿਨ੍ਹਾਂ ਦੀ ਡਿਸਟਰਬ ਹੁੰਦੀ ਆ ਪਤੀ ਪਤਨੀ ਦੇ ਆਪਸ ਦੇ ਵਿੱਚ ਬਣਦੀ ਨਹੀਂ ਗੀ ਰੋਜ਼ ਲੜਾਈ ਝਗੜਾ ਗਾਲੀ ਗਲੋਚ ਹੁੰਦਾ ਇੱਕ ਦੂਜੇ ਤੋਂ ਪਰੇ ਮੂੰਹ ਕਰਕੇ ਹੀ ਸਾਰੀ ਜ਼ਿੰਦਗੀ ਕੱਟਣ ਦੀ ਉਹਨਾਂ ਨੂੰ ਲੱਗਦਾ ਆਸਾਰ ਬਣ ਜਾਂਦੇ ਆ ਪਿਆਰੇ ਦਰਸ਼ਕੋ ਪੁਰਸ਼ ਦੀ ਕੁੰਡਲੀ ਦੇ ਵਿੱਚ ਸ਼ੁੱਕਰ ਅਤੇ ਇਸਤਰੀ ਦੀ ਕੁੰਡਲੀ ਦੇ ਵਿੱਚ ਮੰਗਲ ਦੀ ਸਥਿਤੀ ਜਿਹੜੀ ਹੈ ਨਿਸ਼ਚਿਤ ਹੀ ਜਿਹੜੀ ਬਹੁਤ ਹੀ ਮਹੱਤਵਪੂਰਨ ਹੈ ਜੇ ਬੱਚੇ ਦੀ ਕੁੰਡਲੀ ਦੇ ਵਿੱਚ ਐਸਾ ਯੋਗ ਹੋਵੇ ਤਾਂ ਮਾੜੇ ਨਤੀਜਿਆਂ ਤੋਂ ਬਚਣ ਦੇ ਲਈ ਜੋਤਿਸ਼ ਦਾ ਸਹਾਰਾ ਲੈਣਾ ਜ਼ਰੂਰੀ ਹੁੰਦਾ ਹੈ ਸਾਡੇ ਆਪਣੇ ਵਿਚਾਰ ਦੇ ਵਿੱਚ 8ਵੇਂ ਭਾਵ ਦੇ ਨਾਲ ਜਿਹੜਾ ਹੈ ਕਾਮ ਸੁੱਖ ਯੋਨ ਸੁੱਖ ਦੇ ਬਾਰੇ ਵਿਚਾਰ ਕੀਤਾ ਜਾ ਸਕਦਾ ਤੋ ਇਹ ਭਾਵ ਤੁਹਾਡਾ ਮੈਰਿਡ ਲਾਈਫ ਦੇ ਵਿੱਚ ਠੀਕ ਹੋਵੇ ਤਾਂ ਆਪਸ ਦੇ ਵਿੱਚ ਠੀਕ ਨਿਭੇਗੀ ਹੁਣ ਸ਼ਾਦੀ ਦੇ ਸਮੇਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਮਿਲਾਪਕ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਨਹੀਂ ਕਿ ਸਿਰਫ ਤੁਸੀਂ ਗੁਣ ਮਿਲਾਏ ਕਿ 36 'ਚੋਂ 25 ਮਿਲਦੇ ਆ ਕਿ ਚਲੋ ਠੀਕ ਹੈ ਜੀ ਆਪਾਂ ਵਿਆਹ ਕਰ ਦਈਏ ਇੱਦਾਂ ਦੀ ਸਥਿਤੀ ਨਹੀਂ ਵਰ ਅਤੇ ਕੰਨਿਆਂ ਦੀ ਇੱਕ ਹੀ ਨਾੜੀ ਦੇ ਵਿੱਚ ਵਿਆਹ ਜਿਹੜਾ ਹੈਗਾ ਉਹ ਵਰਜਿਤ ਹੁੰਦਾ ਜਦੋਂ ਸੇਮ ਨਾੜੀ ਹੋਵੇ ਸੇਮ ਨਾੜੀ ਜਿਹੜੀ ਮੌਤਦਾਇਕ ਵੀ ਹੋ ਸਕਦੀ ਹੈ ਵੱਖ ਵੱਖ ਨਾੜੀ ਜਿਹੜੀ ਉਹ ਸ਼ੁੱਭ ਹੋ ਸਕਦੀ ਹੈ ਬ੍ਰਾਹਮਣ ਨੂੰ ਨਾੜੀ ਦੋਸ਼ ਕਸ਼ਤਰੀਆਂ ਨੂੰ ਵਰਣ ਦੋਸ਼ ਵੈਸ਼ਿਆਂ ਨੂੰ ਜਿਹੜਾ ਹੈ ਗਣ ਦੋਸ਼ ਅਤੇ ਸ਼ੂਦਰਾਂ ਨੂੰ ਯੋਨੀ ਦੋਸ਼ ਦੇ ਉੱਤੇ ਪ੍ਰਮੁੱਖਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਐਸਾ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਜਦੋਂ ਵੀ ਇਹ ਦੋਸ਼ ਹੋਵੇ ਤਾਂ ਪਰਿਹਾਰ ਕਰਨ ਤੋਂ ਬਾਅਦ ਅਤੇ ਟੇਵਾ ਦਿਖਾਉਣ ਤੋਂ ਬਾਅਦ ਹੀ ਆਪਾਂ ਵਿਆਹ ਦੇ ਲਈ ਅੱਗੇ ਸੋਚ ਸਕਦੇ ਹਾਂ ਫਿਲਹਾਲ ਦੱਸਿਓ ਜੀ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜੇ ਵਧੀਆ ਲੱਗਿਆ ਤਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਅਤੇ ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਲੇਟੈਸਟ ਅਪਡੇਟਸ ਹਾਸਿਲ ਕਰ ਸਕਦੇ ਹੋ ਸੇਮ ਨਾਮ ਤੋਂ ਹੀ ਸਾਡਾ ਜਿਹੜਾ ਹੈਗਾ ਫੇਸਬੁੱਕ ਪੇਜ ਹੈ ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਅਤੇ ਨਾਲ ਹੀ ਨਾਲ ਤੁਸੀਂ ਜਿਹੜਾ ਹੈ ਸਾਡਾ ਵਟਸਐਪ ਨੰਬਰ ਉਹਦੇ 'ਤੇ ਆਪਣਾ ਨਾਮ ਸਿਟੀ ਨੇਮ ਕੰਟਰੀ ਨੇਮ ਸਾਨੂੰ ਭੇਜ ਸਕਦੇ ਹੋ ਅਤੇ ਸਾਡਾ ਇੱਦਾਂ ਹੀ ਇੱਕ ਹੋਰ ਯੂਟਿਊਬ ਚੈਨਲ ਹੈ ਨਿਊਜ਼ ਐਂਟਰਟੇਨਮੈਂਟ ਦੇ ਲਈ ਅਤੇ ਨੌਲੇਜ ਦੇ ਲਈ ਉਹ ਹੈ ਵਾਇਸ ਆਫ ਏਸ਼ੀਅਨਸ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਲੇਟੈਸਟ ਅਪਡੇਟਸ ਸਿਰਫ ਤੁਹਾਡੇ ਕੋਲ ਪਹੁੰਚਣ ਸਭ ਤੋਂ ਪਹਿਲਾਂ ਸੋ ਹੁਣ ਅੱਜ ਦਾ ਰਾਸ਼ੀਫਲ ਮੇਸ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦਾ ਦਿਨ ਵਿਦੇਸ਼ ਦੀ ਯਾਤਰਾ ਦਾ ਆਸਾਰ ਬਣ ਸਕਦਾ ਹੈ ਵਰਿਸ਼ਠ ਰਾਸ਼ੀ ਵਾਲੇ ਬਹੁਤ ਹੀ ਜ਼ਿਆਦਾ ਭੱਜ ਦੌੜ ਭਰਿਆ ਸਮਾਂ ਹੈ ਮਿਥੁਨ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਬਹੁਤ ਹਾਈਟ 'ਤੇ ਲੈ ਕੇ ਜਾਏਗਾ ਕਰਕ ਰਾਸ਼ੀ ਵਾਲੇ ਅੱਜ ਪੇਟ ਦਰਦ ਸਤਾ ਸਕਦਾ ਜਦਕਿ ਸਿੰਘ ਰਾਸ਼ੀ ਵਾਲਿਆਂ ਨੂੰ ਅੱਜ ਜਿਹੜਾ ਹੈ ਕੋਈ ਸਰਕਾਰੀ ਨੌਕਰੀ ਮਿਲਣ ਦੇ ਚਾਂਸਿਸ ਬਣ ਸਕਦੇ ਨੇ ਕੰਨਿਆ ਰਾਸ਼ੀ ਵਾਲੇ ਅੱਜ ਕਿਸੇ ਹਾਦਸੇ ਦੇ ਸ਼ਿਕਾਰ ਹੋ ਸਕਦੇ ਆ ਹਰੀ ਮੂੰਗੀ ਦਾਨ ਕਰਕੇ ਜਾਈਓ ਫਿਰ ਤੁਲਾ ਰਾਸ਼ੀ ਵਾਲਿਆਂ ਨੂੰ ਜਿਹੜਾ ਹੈ ਅੱਜ ਕਿਸਮਤ ਅੱਛੇ ਮੌਕੇ 'ਤੇ ਲਿਜਾ ਸਕਦੀ ਹੈ ਵਰਿਸ਼ਚਿਕ ਰਾਸ਼ੀ ਵਾਲੇ ਅੱਜ ਕਿਸੇ ਪ੍ਰਿਯਜਨ ਦੀ ਖੁਸ਼ਖਬਰੀ ਸੁਣੋਗੇ ਧਨੂ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਕੰਮ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿਣਗੇ ਮਕਰ ਰਾਸ਼ੀ ਵਾਲੇ ਅੱਜ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ ਤਣਾਅ ਵੱਧ ਸਕਦਾ ਕੁੰਭ ਰਾਸ਼ੀ ਵਾਲੇ ਅੱਜ
ਬਹੁਤ ਜ਼ਿਆਦਾ ਪਹਿਲੇ ਨਾਲੋਂ ਵਧੀਆ ਅਸਰ ਬਣਦੇ ਆ ਤੁਹਾਡੀ ਲਾਈਫ 'ਤੇ, ਅਤੇ ਮੀਨ ਰਾਸ਼ੀ ਵਾਲੇ ਜਿਸ ਤਰਫ ਵੀ ਜਾਓਗੇ ਹਰ ਤਰਫ ਤੁਹਾਡੀ ਹੀ ਜੈ ਜੈਕਾਰ ਹੋਏਗੀ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਵਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ, ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਵਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕ ਕੇ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ ਅਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਕੱਲ੍ਹ ਤੱਕ ਲਈ ਨਮਸਕਾਰ।